ਲੋਜੀ ਕਿਸਾਨ ਭਰਾਵੋ ਅੱਜ ਆਪਾਂ ਗੁੱਲੀ ਡੰਡੇ ਵਾਲੀ ਸਪਰੇਅ ਕਰਨ ਲੱਗੇ ਆਂ ਕਣਕ ਤੇ ਤੇ ਜਿੱਥੇ ਜ਼ਿਆਦਾ ਗੁੱਲੀ ਡੰਡਾ ਉਥੇ 400 ਐਮਐਲ ਸਜੈਂਟਾ ਦੀ ਜਿਹੜੀ ਐਕਸਲ ਪਾਉਣੀ ਆਪਾਂ ਤੇ ਇੱਕ ਪੈਕਟ ਜਿਹੜਾ ਟੌਪਕ ਦਾ ਪਾਉਣਾ ਸਜੈਂਟਾ ਕੰਪਨੀ ਦਾ ਤੇ ਜਿੱਥੇ ਘੱਟ ਗੁੱਲੀ ਡੰਡਾ ਉਥੇ ਦੋ ਪੈਕਟ ਕੱਲੇ ਟੌਪਕ ਦੇ ਪਾਵਾਂਗੇ ਤੇ ਅੱਜ ਆਪਣੀ ਕਣਕ ਤਕਰੀਬਨ 70 ਦਿਨਾਂ ਦੇ ਆਸ-ਪਾਸ ਹੋ ਚੁੱਕੀ ਆ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਆਸ ਕਰਦੇ ਆ ਕਿ ਸਾਰੇ ਆਪਣੇ ਕਿਸਾਨ ਭਰਾ ਠੀਕ ਠਾਕ ਹੋਣਗੇ ਤੇ ਫਸਲ ਬੜੀ ਵੀ ਆਸ ਕਰਦੇ ਆ ਵੀ ਵਧੀਆ ਹੋਵੇਗੀ ਆਪਣੇ ਸਾਰੇ ਕਿਸਾਨ ਭਰਾਵਾਂ ਦੀ ਤੇ ਕਿਸਾਨ ਵੀਰੋ ਅੱਜ ਆਪਾਂ ਆਪਣੀ ਕਣਕ ਤੇ ਜਿਹੜੀ ਗੁੱਲੀ ਡੰਡੇ ਵਾਲੀ ਸਪਰੇਅ ਕਰਨ ਲੱਗੇ ਆ ਤੇ ਕਈ ਆਪਣੇ ਕਿਸਾਨ ਭਰਾਵਾਂ ਨੇ ਇਹ ਤੋਂ ਪਹਿਲਾਂ ਸਪਰੇਅ ਕਰਤੀ ਪਰ ਜ਼ਿਆਦਾਤਰ ਜੇ ਦੇਖੀ ਪਹਿਲਾਂ ਮੌਸਮ ਜ਼ਿਆਦਾ ਖਰਾਬ ਹੋਣ ਕਰਕੇ ਕਈ ਕਿਸਾਨ ਭਰਾ ਹਲੇ ਜਿਹੜੀ ਸਪਰੇਅ ਕਰਨ ਤੋਂ ਰਹਿੰਦੇ ਆ ਨਾ ਤੇ ਅੱਜ ਆਪਾਂ ਦੱਸਦੇ ਆ ਤੁਹਾਨੂੰ ਵੀ ਅੱਜ ਆਪਾਂ ਕਿਹੜੀ ਸਪਰੇਅ ਕਰਦੇ ਆ ਹਾਂ ਕਿਸਾਨ ਵੀਰੋ ਅੱਜ ਆਪਾਂ ਜਿੱਥੇ ਜ਼ਿਆਦਾ ਗੁੱਲੀ ਡੰਡਾ ਅ ਅੱਧੇ ਕਵਾਨ ਦੇ ਵਿੱਚ ਜ਼ਿਆਦਾ ਗੁੱਲੀ ਡੰਡਾ ਉਥੇ 400 ml ਐਕਸਲ ਸਜੈਂਟਾ ਕੰਪਨੀ ਦੀ ਤੇ ਇੱਕ ਪੈਕਟ ਸਜੈਂਟਾ ਕੰਪਨੀ ਦਾ ਟੌਪਕ ਦਾ ਪਾਵਾਂਗੇ ਹਾਂ 240 ਜਿਹੜੀ ਆਪਾਂ ਪਾਉਣੀ ਆ ਨਾ ਪਾਲਕ ਵਾਸਤੇ ਉਹ ਆਪਾਂ ਜਦੋਂ ਪਹਿਲਾਂ ਮੈਗਜ਼ੀਨ ਦੀ ਸਪਰੇਅ ਕੀਤੀ ਸੀ ਉਹਦੇ ਵਿੱਚ ਹੀ ਪਾਤੀ ਸੀ ਅੱਜ ਆਪਾਂ ਟੌਪਕ ਤੇ ਐਕਸਲ ਜਿਹੜੇ ਰਲਾ ਕੇ ਜਿੱਥੇ ਜ਼ਿਆਦਾ ਗੁੱਲੀ ਡੰਡਾ ਉਥੇ ਟੌਪਕ ਤੇ ਐਕਸਲ ਕਰਾਂਗੇ ਯਾ ਥੋੜੇ ਜਿਹਾ ਵਾਂ ਦੇ ਵਿੱਚ ਆਪਾਂ ਕਹੀਏ ਵੀ ਘਾਟਾ ਗੁੱਲੀ ਡੰਡਾ ਉੱਥੇ ਦੋ ਪੈਕਟ ਟੋਪਿਕ ਦੇ ਪਾ ਕੇ ਕਰਾਂਗੇ ਤੇ ਅੱਜ ਆਪਣੇ ਕਣਕ ਤਕਰੀਬਨ 70 71 ਦਿਨਾਂ ਦੀ ਹੋ ਚੁੱਕੀ ਆ ਤੇ 222 ਵੈਰਾਈਟੀ ਐ ਇਸ ਵਾਰੀ ਜੀ ਆਪਾਂ ਦੇਖੀ ਤਾਂ ਤਿੰਨ ਘਟੇ ਆਪਾਂ ਯੂਰੀਆ ਦੇ ਪਾਤੇ ਤੇ ਸਪਰੇਅ ਆਪਾਂ ਜਿਹੜੇ ਕਰਦੇ ਆਂ ਹੱਥ ਵਾਲੀਆਂ ਡਰਮੀਆਂ ਦੇ ਨਾਲ ਕਿਉਂਕਿ ਭੂੰਡ ਨਾਲੋਂ ਬਾਈ ਇਹ ਨਾ ਜਿਵੇਂ ਆਪਾਂ ਇੰਜਨ ਵਾਲੀ ਡਰਮੀ ਕਹਿੰਦੇ ਆਂ ਕਈ ਭੂੰਡ ਕਹਿ ਦਿੰਦੇ ਆਪਣੇ ਕਿਸਾਨ ਭਰਾ ਉਦੇ ਨਾਲੋਂ ਹੱਥ ਵਾਲੀ ਡਰਮੀ ਦਾ ਜਿਹੜਾ ਜ਼ਿਆਦਾ ਰਿਜ਼ਲਟ ਮਿਲਦਾ ਆਪਾਂ 1-2 ਸਾਲ ਤੋਂ ਜਿਹੜਾ ਤਜਰਬਾ ਕੀਤਾ ਵਾ ਕਿਉਂਕਿ ਉਹਦੀ ਜਿਹੜੀ ਫੁਹਾਰ ਹੁੰਦੀ ਆ ਨਾ ਉਹ ਉੱਪਰ ਦੇ ਲੰਘ ਜਾਂਦੀ ਆ ਪਰ ਜਦੋਂ ਆਪਾਂ ਹੱਥ ਵਾਲੀ ਡਰਮੀ ਨਾਲ ਸਪਰੇਅ ਕਰਦੇ ਆ ਤਾਂ ਉਹਦਾ ਜਿਹੜਾ ਉੱਪਰੋਂ ਫੁਹਾਰਾ ਹੁੰਦਾ ਉਹ ਗੋਭ ਦੇ ਵਿੱਚ ਪੈਂਦਾ ਤੇ ਗੁੱਲੀ ਡੰਡੇ ਤੇ ਬਹੁਤ ਛੇਤੀ ਕੰਮ ਕਰਦੀ ਆ ਕੋਈ ਵੀ ਆਪਾਂ ਦਵਾਈ ਛਿੜਕੀ ਆ ਨਾ ਪਰ ਜੇ ਜ਼ਿਆਦਾਤਰ ਆਪਾਂ ਇਸ ਵਾਰੀ ਦੇਖੀਏ ਤਾਂ ਇਸ ਵਾਰੀ ਜ਼ਿਆਦਾ ਜਿਹੜਾ ਆਪਣੇ ਕਿਸਾਨ ਭਰਾਵਾਂ ਦੇ ਵੀ ਰਾਇ ਸੀ ਕਿ ਨਾ ਜਿਆਦਾ ਕਿਹੜੀ ਦਵਾਈ ਦਾ ਛੜਕਾ ਹੋ ਰਿਹਾ ਤਾਂ ਉਹ ਤਕਰੀਬਨ 100 ਚ 90% ਟੌਪਿਕ ਤੇ ਐਕਸਲ ਰਲਾ ਕੇ ਹੀ ਕਰਦੇ ਆ ਆਪਣੇ ਕਿਸਾਨ ਭਰਾ ਤੇ ਆਪਾਂ ਵੀ ਅੱਜ ਸਜੈਂਟਾ ਕੰਪਨੀ ਦੀ ਜਿਹੜੀ ਟੌਪਿਕ ਲੈ ਕੇ ਆਂਦੇ ਆ ਤੇ ਸਜੈਂਟਾ ਕੰਪਨੀ ਦੀ ਜਿਹੜੀ ਐਕਸਲ ਪਾਈ ਹੈ ਨਾ ਉਹ ਆਪਾਂ 400 ਐਮਐਲ ਕਿੱਲੇ ਦੀ ਪਾਵਾਂਗੇ ਐਕਸਲ ਤੇ ਇੱਕ ਪੈਕਟ ਪਾਵਾਂਗੇ ਆਪਾਂ ਟੌਪਿਕ ਦਾ ਜਿੱਥੇ ਰਲਾ ਕੇ ਕਰਨੀ ਹੈ ਜਿੱਥੇ ਜਿਆਦਾ ਗੁੱਲੀ ਡੰਡਾ ਜਿਹੜਾ ਕੁਸ਼ਵਾਨ ਦੇ ਵਿੱਚ ਘਾਟਾ ਗੁੱਲੀ ਡੰਡਾ ਉੱਥੇ ਆਪਾਂ ਦੋ ਪੈਕਟ ਜਿਹੜੇ ਆਪਾਂ ਕੱਲੇ ਟੌਪਕ ਦੇ ਪਾਵਾਂਗੇ 240 ਆਪਾਂ ਪਹਿਲਾਂ ਵੀ ਦੱਸੀ ਸੀ ਆਪਣੇ ਕਿਸਾਨ ਭਰਾਵਾਂ ਨੂੰ ਕਿ ਆਪਾਂ ਮੈਗਜਨ ਦੇ ਵਿੱਚ ਹੀ ਪਾ ਦਿੰਨੇ ਆ ਬਾਈ ਤੇ ਤਿੰਨ ਗੱਟੇ ਆਪਾਂ ਜਿਹੜੇ ਯੂਰੀਆ ਦੇ ਪਾਤੇ ਇਹ ਤੋਂ ਪਹਿਲਾਂ ਕਣਕ ਤੇ ਤੇ ਦੂਜਾ ਪਾਣੀ ਹਲੇ ਆਪਾਂ ਤਕਰੀਬਨ 8 ਤੋਂ 10 ਦਿਨਾਂ ਤੱਕ ਜਿਹੜਾ ਲਾਵਾਂਗੇ ਕਰੀਬ 1-2 ਤਰੀਕ ਦੇ ਆਸ-ਪਾਸ ਜਿਹੜਾ ਪਾਣੀ ਲਾਵਾਂਗੇ ਆਪਾਂ 1-2 ਫਰਵਰੀ ਤੱਕ ਤੇ ਇਸ ਵਾਰੀ ਆਪਾਂ ਤਿੰਨ ਪਾਣੀ ਲਾਉਣਿਆ ਕਣਕ ਨੂੰ ਉਹਦਾ ਵੀ ਆਪਾਂ ਤਜਰਬਾ ਸਾਂਝਾ ਕਰਾਂਗੇ ਕਿਉਂਕਿ ਅੱਗੇ ਆਪਾਂ ਚਾਰ ਪਾਣੀ ਲਾਉਣੇ ਹੁੰਦੇ ਆ ਪਰ ਇਸ ਵਾਰੀ ਕਈ ਕਿਸਾਨ ਭਰਾ ਕਹਿ ਰਹੇ ਆ ਕਿ ਜਿਵੇਂ ਤਿੰਨ ਪਾਣੀਆਂ ਦੇ ਨਾਲ ਵਧੀਆ ਰਿਜ਼ਲਟ ਰਹਿੰਦਾ ਨਾ ਤਾਂ ਆਪਾਂ ਇਸ ਵਾਰੀ ਆਪਣਾ ਵੀ ਤਜਰਬਾ ਅੱਗੇ ਤੋਂ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਵੀ ਤਿੰਨ ਪਾਣੀਆਂ ਦੇ ਨਾਲ ਕਣਕ ਦਾ ਜਿਹੜਾ ਰਿਜ਼ਲਟ ਕਿਸ ਤਰ੍ਹਾਂ ਰਹਿੰਦਾ ਨਾ ਇੱਕ ਪਾਣੀ ਆਪਾਂ ਹੁਣ ਫਰਵਰੀ ਚ ਲਾ ਦਾਂਗੇ ਤੇ ਇੱਕ ਫਰਵਰੀ ਦੇ ਲਾਸਟ ਜਾਂ ਮਾਰਚ ਦੇ ਵਿੱਚ ਬਸ ਸਟਾਰਟਿੰਗ ਦੇ ਵਿੱਚ ਲਾਵਾਂਗੇ ਪਾਣੀ ਤਿੰਨ ਪਾਣੀ ਤੇ ਆਪਾਂ ਇਸ ਵਾਰੀ ਕਣਕ ਜਿਹੜੀ ਪਕਾਉਣੀ ਹੈ ਨਾ ਉਹਦਾ ਰਿਜ਼ਲਟ ਕਿਸ ਤਰ੍ਹਾਂ ਦਾ ਰਹੂਗਾ ਉਹ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਜੀਰੋ ਡ੍ਰੈਲ ਵਾਲੇ ਆਪਣੇ ਕਿਸਾਨ ਭਰਾਵੋ ਕਣਕਾ ਤੇ ਜੇ ਕਿਸੇ ਹੋਰ ਆ ਆਪਣੇ ਕਿਸਾਨ ਭਰਾ ਨੇ ਐਕਸਲ ਟੇਟਾ ਜਿਹੜਾ ਟੌਪਿਕ ਦਾ ਰਿਜ਼ਲਟ ਕਿਸ ਤਰ੍ਹਾਂ ਦਾ ਰਿਹਾ ਹੈ ਨਾ ਤੇ ਜਰੂਰ ਦੱਸਿਓ ਬਾਕੀ ਆਪਾਂ ਵੀ ਬਈ ਅੱਜ ਸਪਰੇਅ ਕਰਦੇ ਆਂ ਤੇ ਹਫਤੇ ਤੱਕ ਤੱਕ ਜਿਹੜਾ ਇਹ ਆਪਦਾ ਕੰਮ ਕਰ ਜਾਂਦੀ ਹੈ ਨਾ ਕੋਈ ਵੀ ਦਵਾਈ ਆ ਤੇ ਅੱਗੇ ਜੋ ਵੀ ਰਿਜ਼ਲਟ ਹੋਊਗਾ ਚੰਗਾ ਰਿਹਾ ਮਾੜਾ ਰਿਹਾ ਨਾ ਆਪੋ ਵੀ ਆਪਣੇ ਸਾਰੇ ਕਿਸਾਨ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਾਂਗੇ ਸੋ ਵੀਡੀਓ ਚੰਗੀ ਲੱਗੀ ਬਾਈ ਸ਼ੇਅਰ ਜ਼ਰੂਰ ਕਰਿਓ ਤੇ ਆਪੋ ਆਪਣਾ ਬਾਈ ਤਜਰਬਾ ਸਾਰੇ ਕਿਸਾਨ ਭਰਾਵਾਂ ਨੂੰ ਆਪਣੇ ਲਈ ਬੇਨਤੀ ਹੈ ਨਾ ਵੀ ਸਾਰੇ ਕਿਸਾਨ ਭਰਾ ਆਪੋ ਆਪਣਾ ਤਜਰਬਾ ਬਾਈ ਜ਼ਰੂਰ ਹੈ ਨਾ ਸੋਸ਼ਲ ਮੀਡੀਆ ਤੇ ਰਹੀ ਸਾਂਝਾ ਕਰਿਆ ਕਰੋ ਤਾਂ ਜੋ ਆਪਣੇ ਕਿਸਾਨ ਭਰਾਵਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਨਾ ਜਿਉਂਦੇ ਵਾਸਤੇ ਰੋ